बंदा बड़ा जो हाँ जी, मेरा नाम हरवीर सिंह है। अज इत्थे असीं इकट्ठे होए हैं जिहड़े वो सारे कंप्यूटर टीचर इत्थे इकट्ठे होए हैं, कंप्यूटर फैकल्टीज़। असीं 2011 तो सरकार ने सानू जिहड़ा रेगूलर किया गया सीगा, ते जिहड़ी प्रॉब्लम है वो हले तक साडा नोटिफिकेशन लागू नहीं किया गया। जदों हुण पिछे सरकार दे नाल जिहड़ियां साडियां मीटिंगां होईयां ने उहदे विच सरकार ने ये नोटिफिकेशन नूं बिल्कुल सही ठहराया है, उहदे विच कोई कमी नहीं है। असी साडी मंग यही है कि जो साडा नोटिफिकेशन 2011 दे विच कीता गया सी
ਉਹਨੂੰ ਐਜ਼ ਇਟ ਇਜ਼ ਲਾਗੂ ਕੀਤਾ ਜਾਵੇ। ਜੇਕਰ ਉਹਨੂੰ ਲਾਗੂ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕਰਕੇ ਲਾਗੂ ਕਰੋ। ਇਹ ਸਰਕਾਰ ਦੀ ਹੈ, ਸਰਕਾਰ ਦੀ ਪ੍ਰੋਬਲਮ ਹੈ ਕਿ ਸਰਕਾਰ ਨੇ ਸਾਨੂੰ ਕਿੱਥੇ ਅਤੇ ਕਿਵੇਂ ਲਾਗੂ ਜਿਹੜਾ ਹੈਗਾ ਸਾਡੇ ਨੋਟੀਫਿਕੇਸ਼ਨ ਨੂੰ ਲਾਗੂ ਕਰਨਾ। ਅੱਗੇ ਦੇ ਐਕਸ਼ਨ ਅਸੀਂ ਜਿਹੜੇ ਆ ਉਹ ਅੱਗੇ ਪਲਾਨ, ਜਿਵੇਂ ਹੁਣ ਇਹ ਸਾਡਾ ਐਕਸ਼ਨ ਹੈ, ਇਹ ਅਸੀਂ ਨੇ ਲੋਕਲ ਡਿਸਟ੍ਰਿਕਟ ਦਾ ਨਾਲ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦਾ ਥੋੜ੍ਹੇ ਟੀਚਰ ਆਏ ਹਾਂ, ਜਿਵੇਂ ਹੁਣ ਇੱਕ ਦੋ ਬਲਾਕਾਂ ਦੇ ਅਤੇ ਕੁਛ ਬਲਾਕ ਸਾਡਾ, ਇੱਕ ਬਲਾਕ ਸਾਡਾ ਲੁਧਿਆਣੇ ਤੋਂ ਆਇਆ ਹੋਇਆ। ਇਸ ਤੋਂ ਬਾਅਦ ਅਸੀਂ ਸਟੇਟ ਪੱਧਰੀ ਐਕਸ਼ਨ ਹੈ ਜਿਹੜਾ ਉਹ ਅਸੀਂ ਸੰਗਰੂਰ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਅਤੇ ਇੱਕ ਅਸੀਂ ਚੰਡੀਗੜ੍ਹ ਐਕਸ਼ਨ ਵੀ ਸੋਚ ਰਹੇ ਹਾਂ ਡੀ ਜੀ ਐਸ ਸੀ ਦਫ਼ਤਰ ਦੇ ਵਿੱਚ, ਉਸਦੀ ਗੇਟ ਰੋਕੂ ਅਸੀਂ ਇੱਕ ਦਿਨਾਂ ਰੈਲੀ ਕਰਨ ਦੇ ਬਾਰੇ ਸੋਚ ਰਹੇ ਹਾਂ ਅਤੇ ਇੱਕ ਸਟੇਟ ਪੱਧਰੀ ਐਕਸ਼ਨ ਸਾਡਾ ਪਟਿਆਲੇ ਦਾ ਵੀ ਇੱਕ ਪਲਾਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰ ਰਹੇ ਹਾਂ। ਸਾਡਾ ਇਹ ਝੰਡਾ ਮਾਰਚ ਦਾ ਪਲਾਨ ਹੈ, ਅਸੀਂ ਇੱਥੋਂ ਪਹਿਲਾਂ ਖੰਡਾ ਚੌਕ ਜਾਣਾ, ਉੱਥੇ ਅਸੀਂ ਪੈਂਫਲੇਟ ਵੰਡਣੇ ਆ, ਉਸ ਤੋਂ ਬਾਅਦ ਅਸੀਂ ਬਾਜ਼ਾਰਾਂ ਦੇ ਵਿੱਚ ਜਾ ਕੇ ਅੱਗੇ ਇਹ ਪੈਂਫਲੇਟ ਸਾਡੇ ਕੋਲ ਜਿਹੜੇ ਬਣਾਏ ਹੋਏ ਆ ਉਹ ਅਸੀਂ ਵੰਡਣੇ ਨੇ। ਪੁਤਲਾ ਅਸੀਂ ਦੇਖ ਰਹੇ ਹਾਂ, ਅਸੀਂ ਫੁਆਰਾ ਚੌਂਕ ਫੂਕਣ ਦਾ ਸਾਡਾ ਪਲਾਨ ਹੈ, ਅਸੀਂ ਉੱਥੇ ਫੂਕਾਂਗੇ ਜੇਕਰ ਕੋਈ ਸਾਡੀ ਗੱਲ ਨਹੀਂ ਸੁਣੀ ਜਾਂਦੀ। ਜੇਕਰ ਅੱਜ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਆਉਂਦਾ ਹੈ ਕੋਈ ਸੁਨੇਹਾ ਤਾਂ ਉਹਦੇ ਹਿਸਾਬ ਨਾਲ ਅਸੀਂ ਆਪਣੀ ਪਲੈਨਿੰਗ ਜਿਵੇਂ ਹੈਗੀ ਚੇਂਜ ਕਰ ਸਕਦੇ ਹਾਂ। ਜੇਕਰ ਕੋਈ ਨਹੀਂ ਆਉਂਦਾ ਤਾਂ ਅਸੀਂ ਪੁਤਲਾ ਜਿਹੜਾ ਹੈਗਾ ਫੁਆਰਾ ਚੌਂਕ ਫੂਕ, ਇਹ ਅਸੀਂ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਅਸੀਂ ਬਣਾਇਆ ਹੋਇਆ।